ਅਸੀਂ ਪੰਜਾਬੀ ਉੱਥੇ ਜਾ ਕੇ ਗੋਰਿਆਂ ਨੂੰ ਆਇਲਸ ਕਰਾ ਰਹੇ ਹਾਂ ਪੰਜਾਬੀ 'ਚ। ਗੋਰਿਆਂ ਕਹਿੰਦੇ ਬਾਕੀ ਸਾਰਾ ਕੁਛ ਰਹਿਣ ਤੋਂ ਗਾਲਾਂ ਸਿਖਾਓ, ਇਹ ਸਾਨੂੰ ਪਤਾ ਨਹੀਂ ਗੁੱਸੇ 'ਚ ਕੀ ਕਹਿ ਕੇ ਚੱਲ ਜਾਂਦੇ। ਡਿਸਕਲੇਮਰ, ਇਸ ਵੀਡੀਓ ਦੇ ਵਿੱਚ ਵਰਤੇ ਗਏ ਜੋਕ ਸਿਰਫ ਤੁਹਾਨੂੰ ਹਸਾਉਣ ਵਾਸਤੇ ਬਣਾਏ ਗਏ ਹਨ, ਇਹਦਾ ਰੀਅਲ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵਧੀਆ ਆਡੀਓ ਕੁਆਲਿਟੀ ਵਾਸਤੇ ਤੁਸੀਂ ਆਪਣੇ ਹੈੱਡਫੋਨ ਵਰਤ ਸਕਦੇ ਹੋ, ਅਸੀਂ ਹਰ ਚੀਜ਼ ਦਾ ਠੇਕਾ ਨਹੀਂ ਲਿਆ ਹੋਇਆ। ਅਤੇ ਗੱਲ ਸੁਣੋ, ਕਮੈਂਟਾਂ 'ਚ ਗੱਲ ਨਹੀਂ ਕੱਢਣੀ, ਪੂਰਾ ਸ਼ਗਨ ਵਾਲਾ ਮਾਹੌਲ ਬਣਾਇਆ। ਹੋ ਗਿਆ ਕੀ ਕਹਿਣ ਡਿਆ? ਅੱਛਾ, ਬਰਾਤੀਆਂ ਦੇ ਵੀ ਨਾਲ। ਚਲੋ ਬਸ ਕਰੋ ਭਾਈ, ਥੈਂਕ ਯੂ। ਇੱਕ ਵਾਰੀ ਕਲੈਪ ਕਰ ਦਿਓ ਆਪਣੇ ਆਪ ਵਾਸਤੇ, ਸ਼ੋਅ ਸ਼ੁਰੂ ਕਰ ਦਿਓ। ਤਿੰਨ ਕੁ ਬੰਦੇ ਅੱਗੇ ਆਏ ਯਾਰ, ਇੱਕ ਦੋ ਤਿੰਨ ਕੁਰਸੀਆਂ ਖਾਲੀ ਪਲੀਜ਼। ਮੈਂ ਕਰਾਊਡ ਵਰਕ ਬਿਲਕੁਲ ਨਹੀਂ ਕਰਦਾ, ਨਹੀਂ। ਪਲੀਜ਼ ਆ ਜਾਓ, ਅਗਰ ਇਹ ਜੋ ਖੰਭੇ ਕੇ ਪਿੱਛੇ ਬੈਠੇ ਹੈ ਇਹ ਵਾਲੇ ਆ ਜਾਓ। ਸਾਰੇ ਵੇਖ ਲਾ ਬਈ, ਖੰਭਾ ਕਿੱਥੇ ਲੱਗਾ ਇੱਥੇ ਆਇਆ? ਅਰੇ ਵਾਹ, ਇੱਕ ਦੋ, ਆਓ ਆਓ ਭਾਅ ਜੀ। ਭਾਈ ਤੁਸੀਂ ਬੜੀ ਖੇਸੀ ਲੈ ਕੇ ਕਨਵਰ ਗਰੇਵਾਲ ਬਣੇ ਆ। ਉਹ ਠੇਕ ਠਾ ਦੋ ਲੈ ਲਈ, ਨਾਲ ਵਾਲਾ ਆਇਆ ਹੀ ਨਹੀਂ। ਉਹ ਭਾਈ ਬਾਬਿਆਂ ਨੇ ਦੋ ਟਿਕਟਾਂ ਲਈਆਂ ਸੀ। ਭਾਈ ਇਕੱਲੇ ਆਏ ਹੋ? ਆ ਬੈਗ 'ਚ ਕੀ ਆ ਤੁਹਾਡੇ? ਹੈਂ, ਕਿਹੜਾ ਸਮਾਨ? ਸਮਾਨ ਸਾਡੀ ਭਾਸ਼ਾ 'ਚ ਬਹੁਤ ਕੁਛ ਹੁੰਦਾ, ਦਿਖਾਇਓ ਦਿਖਾਇਓ। ਤੇ ਬੈਗ 'ਚ ਕੀ ਪਾਇਆ ਇਹ? ਟਾਈਮਰ ਲਾਇਆ? ਹਾਂ, ਨਹੀਂ ਕੀ ਹੈ ਵਿੱਚ? ਸੱਚੀ ਦੱਸਿਓ, ਕਿੱਥੋਂ ਆਏ? ਭੱਜ ਕੇ? ਚਾਰ ਘੰਟੇ ਦੇ ਸਫ਼ਰ 'ਚ ਕਿਹੜਾ ਇਹੋ ਜਿਹਾ ਪਸੀਨਾ ਆਉਣ ਡਿਆ? ਇੱਥੇ ਰੁਕਣਾ ਵੀ ਹੈ? ਇਕੱਲੇ ਆ ਗਏ? ਅਰੇ ਵਾਹ, ਸ਼ੋਅ ਵੇਖਣ ਸੱਚੀ? ਅਰੇ ਥੈਂਕ ਯੂ ਸੋ ਮਚ, ਥੈਂਕ ਯੂ ਫੋਰ ਯੂਨੀਕ ਗਿਫਟ। ਖੇਸੀ ਬਹੁਤ ਘੈਂਟ ਆ ਤੁਹਾਡੀ, ਕਨਵਰ ਦੇ ਫੈਨ ਹੋ? ਅੰਮ੍ਰਿਤਸਰ ਕਿੱਥੇ ਰਹਿੰਦੇ? ਆਪਾਂ ਉੱਥੇ ਸ਼ੋਅ ਕਰ ਲੈਣਾ ਜੀ ਅਗਲੇ ਮਹੀਨੇ, ਉੱਥੇ ਵੀ ਆ। ਚਲੋ ਥੈਂਕ ਯੂ ਸੋ ਮਚ, ਬੈਗ ਲੈ ਕੇ ਆਓਗੇ? ਆ ਜਾਓ ਆ ਜਾਓ ਆ ਜਾਓ, ਕਰਦੇ ਹਾਂ ਆਪਾਂ ਸ਼ੋਅ ਸ਼ੁਰੂ। ਪੂਰਾ ਫੈਮਿਲੀ ਵਾਲਾ ਮਾਹੌਲ ਰਹੇਗਾ। ਸਤਿ ਸ਼੍ਰੀ ਅਕਾਲ ਜੀ, ਕਿੱਥੇ ਰਹਿੰਦੇ ਤੁਸੀਂ? ਹਾਂਜੀ, ਖਰੜ ਖਰੜ ਖਰੜ। ਇਹ ਕੌਣ ਬੇਟਾ? ਕੌਣ ਕਿਹਨੂੰ ਲੈ ਕੇ ਆਇਆ? ਚਲੋ ਆਓ ਆਓ ਸਰ, ਬੈਠੋ। ਮੈਨੂੰ ਸੱਚੀ ਤੁਸੀਂ ਲੱਗਦਾ ਸਪੋਰਟਸ ਕਰਦੇ ਤੁਸੀਂ ਕੋਈ ਸਪੋਰਟਸ? ਇੱਦਾਂ ਹੀ ਵੈਸੇ ਫਿੱਟ? ਇਹ ਹੁੰਦਾ ਕੌਣ ਸਾ ਫਿੱਟ? ਇਹ ਫਿੱਟ ਹੀ ਹੈ, ਆਪਾਂ ਇੱਥੋਂ ਤੱਕ ਪਹੁੰਚੀਏ, ਉਸ ਤੋਂ ਬਾਅਦ ਮੌਤ ਆ ਜਾਏ ਕੋਈ ਗੱਲ ਨਹੀਂ। ਯਾਰ ਅਕਸ਼ੇ ਆਇਆ ਸਟੇਜ 'ਤੇ ਇੱਕ ਵਾਰੀ, ਉਹਦੇ ਲਈ ਕਲੈਪ ਹੋਣੀ ਚਾਹੀਦੀ ਹੈ। 2 ਮਹੀਨੇ ਕਤਰ ਕੀ ਲਾਇਆ ਉਹ, ਸਾਨੂੰ ਮਾੜਾ ਦੱਸਣ ਡਿਆ ਹੈ ਨਾ। ਕੈਨੇਡਾ ਦੀਆਂ ਸੜਕਾਂ ਇੱਦਾਂ ਦੀਆਂ, ਕੈਨੇਡਾ 'ਚ ਇਹ ਹੋ ਰਿਹਾ, ਸੈੱਟ ਰਿਕਾਰਡ ਕਰਨ ਉਹਨੂੰ ਇੰਡੀਆ ਜਾਣਾ ਪਿਆ ਨਾ। ਪਾਸ ਕਰਦੇ ਇੰਡੀਆ, ਇੰਡੀਆ ਬੈਸਟ ਹੈ ਯਾਰ, ਇੱਕ ਵਾਰੀ ਇੰਡੀਆ ਲਈ ਕਲੈਪ ਹੋਣੀ ਚਾਹੀਦੀ। ਮੇਰੇ ਖਿਆਲ 6 ਮਹੀਨੇ ਕੇ ਸਾਲ ਲਾ ਗਿਆ ਕੈਨੇਡਾ ਹੁਣ ਇਹਨੇ ਵਾਪਸ ਚਲ ਜਾਣਾ। ਇੱਕ ਚੀਜ਼ ਇੰਪਰੂਵ ਕਰਕੇ ਆਇਆ ਉੱਤੋਂ,
ਆਪਣੀ ਪੰਜਾਬੀ ਪਹਿਲੇ ਬੜੀ ਗੰਦੀ ਪੰਜਾਬੀ ਬੋਲਦਾ ਹੈ, ਸਿਰਫ ਉੱਥੇ ਪੰਜਾਬੀ ਸਿੱਖੀ, ਅਸੀਂ ਪੰਜਾਬੀ ਉੱਥੇ ਜਾ ਕੇ ਗੋਰਿਆਂ ਨੂੰ ਆਇਲਸ ਕਰਾ ਰਹੇ ਹਾਂ ਪੰਜਾਬੀ 'ਚ। ਗੋਰਿਆਂ ਕਹਿੰਦੇ ਬਾਕੀ ਸਾਰਾ ਕੁਛ ਰਹਿਣ ਤੋਂ ਗਾਲਾਂ ਸਿਖਾਓ, ਇਹ ਸਾਨੂੰ ਪਤਾ ਨਹੀਂ ਗੁੱਸੇ 'ਚ ਕੀ ਕਹਿ ਕੇ ਚੱਲ ਜਾਂਦੇ। ਤੁਹਾਡੇ 'ਚੋਂ ਹੈ ਕੋਈ ਬਾਹਰ ਜਾਣ ਦਾ ਚਾਹਵਾਨ? ਮੈਨੂੰ ਪਹਿਲੇ ਲੱਗਦਾ ਤੁਸੀਂ ਬਾਹਰੋਂ ਆਏ ਹੋ। ਯੂ ਆਰ ਫਰੋਮ ਬੰਬੇ। ਇੱਥੇ ਕਿੱਦਾਂ ਚੰਡੀਗੜ੍ਹ? ਨਹੀਂ ਤੇ ਯੂ ਕਮ ਹੇਅਰ ਰਾਈਟ ਨਾਓ। ਯੈਸਟਰਡੇ ਯੂ ਕਮ ਫਰੋਮ ਕਸੌਲ? ਨਹੀਂ, ਬਾਕੀ ਸਮਝ ਗਏ ਮੈਂ ਕਸੌਲ ਕਿਉਂ ਕਿਹਾ, ਕਿਉਂਕਿ ਬਾਕੀਆਂ ਲਈ ਮੈਂ ਗੱਲ ਕਰ ਰਿਹਾ ਸਿੱਧੀ ਕੰਨ 'ਚ ਜਾ ਰਹੀ ਹੈ, ਤੁਹਾਡੇ ਕੋਲ ਗੱਲ ਨਾ ਘੁੰਮ ਕੇ ਆ ਰਹੀ ਹੈ। ਚੰਡੀਗੜ੍ਹ? ਯੈਸ ਚੰਡੀਗੜ੍ਹ। ਪੰਜਾਬੀ ਆਉਂਦੀ? ਨਹੀਂ ਆਉਂਦੇ। ਇਹ ਗੱਲ ਕਿੱਦਾਂ ਸਮਝ ਆਈ ਫਿਰ ਤੁਹਾਨੂੰ? ਓਕੇ, ਮੈਂ ਪੰਜਾਬੀ 'ਚ ਆਇਲਸ ਕਰਾਉਂਦਾ, ਠੀਕ ਹੈ। ਅਗਰ ਕੋਈ ਬਾਤ ਆਪਕੋ ਨਹੀਂ ਸਮਝ ਆਏ, ਆਪਾਂ ਕਰੀਏ ਫਿਰ ਪੰਜਾਬੀ। ਆ ਜਿੰਨੇ ਬੈਠੇ ਸਾਰਿਆਂ ਨੂੰ ਪੰਜਾਬੀ ਆਉਂਦੀ ਨਾ ਸਾਰਿਆਂ ਨੂੰ? ਅਗਰ ਇਹ ਸਾਰੇ ਹੱਸ ਰਹੇ ਆ ਨਾ, ਹੱਸਣਾ। ਇਹ ਵੈਸੇ ਬੜੇ ਖੁਸ਼ ਆ ਆਪਣੀ ਜ਼ਿੰਦਗੀ 'ਚ। ਇਹ ਪੰਜਾਬੀ ਇੱਦਾਂ ਦੀ ਕੌਮ, ਇਹਨਾਂ ਸਾਹਮਣੇ ਚੁਟਕਲਾ ਮਾਰੋ ਇਹ ਤਾਂ ਨਹੀਂ ਹੱਸਣ ਡੇ। ਇਹ ਤਾਂ ਕੁਛ ਨਹੀਂ, ਮੇਰੇ ਪਾਪਾ ਹੀ ਸੁਣਾਉਂਦੇ ਚੁਟਕਲਾ। ਐਂਡ ਵੈਲਕਮ, ਆਪਕਾ ਨਾਮ? ਚਿਨਮਾਇ। ਕਿੰਨਾ ਚਿਰ ਹੋਰ ਰਹਿਣਾ ਇੱਥੇ ਚੰਡੀਗੜ੍ਹ? 1 ਈਅਰ ਮੋਰ। ਕੀ ਕਰ ਰਹੇ ਇੱਥੇ ਵੈਸੇ ਤੁਸੀਂ? ਕਿਸ ਚੀਜ਼ ਦਾ? ਈ-ਕਾਮਰਸ ਦਾ। ਈ-ਕਾਮਰਸ ਕੀ ਆਉਂਦਾ? ਮੈਨੂੰ, ਮੈਂ ਕਿਤੇ ਸੋਚਣ ਡਿਆ ਕੋਈ ਗੱਲ ਮੇਰੇ ਪੱਲੇ ਪਵੇ, ਚਿਨਮੇ ਤੋਂ ਬਾਅਦ ਮੈਨੂੰ ਕੋਈ ਸਮਝ ਨਹੀਂ ਆਇਆ। ਚਿਨਮੇ ਬੰਬੇ ਤੋਂ 1 ਸਾਲ ਇੱਥੇ ਬਿਜ਼ਨਸ ਕਰੇਗਾ ਈ-ਕਾਮਰਸ। ਈ-ਕਾਮਰਸ ਕੀ ਆਉਂਦਾ? ਡਿਸਟ੍ਰੀਬਿਊਸ਼ਨ ਐਂਡ। ਅੱਛਾ, ਤੁਸੀਂ ਲੋਕਾਂ ਨੂੰ ਈ-ਕਾਮਰਸ ਦੇ ਰਹੇ ਹੋ। ਹੋਰ ਭਾਈ ਤੁਸੀਂ ਠੀਕ ਹੋ? ਸਭ ਅੰਬਰਸਰ ਤੁਸੀਂ? ਅੱਛਾ ਭਾਈ, ਠੀਕ ਹੋ? ਅੱਛਾ ਲਗਾ ਆਪ ਆਏ। ਆਪਕੋ ਮਤਲਬ ਆਪ ਦੇਖਤੇ ਹੋ ਮੁਝੇ ਇੰਸਟਾਗ੍ਰਾਮ ਪੇ, ਤੋ ਆਪਕੋ ਲਗਾ ਕੇ ਸ਼ੋਅ ਦੇਖਣ ਜਾਏਂਗੇ। ਹੁਣ ਮੈਂ ਸੋਚਣ ਡਿਆ ਮੈਂ ਭਾਈ ਨੂੰ ਕਿਉਂ ਬਿਠਾ ਲਿਆ। ਨਹੀਂ ਨਹੀਂ, ਪੰਜਾਬੀ ਮਸਤ ਲੈਂਗੁਏਜ ਹੈ, ਤੁਸੀਂ ਸਿੱਖ ਲਓਗੇ। ਆਇਲਸ ਤੋਂ ਬਿਨਾਂ ਹੀ ਅੱਜ ਹੀ ਸਿੱਖੇ ਨਹੀਂ, ਅੱਧੀ ਪੌਣੀ ਤਾਂ ਅੱਜ ਸਿੱਖੇ ਨਹੀਂ ਤੁਸੀਂ। ਅਗਰ ਕੋਈ ਵੀ ਬਾਤ ਆਪਕੋ ਸਮਝ ਨਾ ਆਏ, ਇਨਸੇ ਪੁੱਛ ਲੈਣਾ, ਠੀਕ ਹੈ? ਇਹ ਆਪਕੋ ਬਤਾਏਂਗੇ ਟਿਕਟਾਂ 2 ਲੈ ਲਈ। ਯੂ ਨੋ ਹੂ ਇਜ਼ ਮਿਸਟਰ ਕਨਵਰ ਗਰੇਵਾਲ? ਚੈੱਕ ਕਰੋ ਤੁਹਾਡੇ ਲਾਗੇ ਕੌਣ ਬੈਠਾ ਹੈ, ਇੰਸਟਾ 'ਤੇ ਚੈੱਕ ਕਰੋ, ਇਜ਼ ਅ ਵੈਰੀ ਵੈਰੀ ਬਿਗ ਨੇਮ। ਸੀਰੀਅਸਲੀ, ਜਾਣ ਲੱਗੇ ਫੋਟੋ ਖਿਚਾ ਕੇ ਜਾਇਓ ਇਹਨਾਂ ਨਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਕਿੱਥੋਂ ਭਾਅ ਜੀ? ਇੱਥੋਂ ਹੀ? ਨਹੀਂ, 2 ਮਿੰਟ ਗੱਲਾਂ ਕਰਦੇ ਹੈ ਨਾ, ਫਿਰ ਆਪਾਂ ਸ਼ੋਅ ਸ਼ੁਰੂ ਕਰਦੇ ਹਾਂ ਜੇ ਆਪਾਂ ਗੱਲਾਂ ਕਰਦੇ ਹਾਂ। ਚੰਡੀਗੜ੍ਹ ਤੋਂ ਹੀ? ਕਿੰਨੇ ਸਾਲ ਹੋ ਗਏ ਇੱਥੇ ਰਹਿ ਰਹੇ?
ਓਕੇ ਓਕੇ ਪੇਰੈਂਟਸ ਵੀ ਇੱਥੇ ਸ਼ੁਰੂ ਤੋਂ ਹੀ ਹੈ ਨਾ ਇਹ ਤੁਹਾਡੇ ਨਾਲ ਆਏ ਨੇ ਕੌਣ ਨੇ ਸਿਸਟਰ ਅੱਛਾ ਇਹ ਤੁਸੀਂ ਦੋ ਤੁਸੀਂ ਵੀ ਸ਼ੁਰੂ ਤੁਸੀਂ ਮੈਨੂੰ ਲੱਗ ਰਹੇ ਹੋ ਜਿਸ ਤਰ੍ਹਾਂ ਕੈਨੇਡਾ ਹੋ ਕੇ ਆਏ ਹੋ ਨਹੀਂ ਕਿੱਦਾਂ ਬੱਤੀ ਤੋਂ ਆਏ ਪਹਿਲੀ ਕੁੜੀ ਮੈਂ ਆਪਣੀ ਭੈਣ ਵੇਖੀ ਹੈ ਜਿਹਦੇ ਕੋਲ ਫੁਕਰੀ ਹੈਂਡਲ ਹੀ ਨਹੀਂ ਹੋਈ ਨਹੀਂ ਤਾਂ ਇੱਥੇ ਮੁੰਡਾ ਬੈਠਾ ਨਾ ਬ੍ਰੈਮਟਨ ਇੱਕ ਵਾਰੀ ਮੈਂ ਸ਼ੋਅ ਕਰ ਰਿਹਾ ਮੈਂ ਉੱਥੇ ਪੁੱਛ ਰਿਹਾ ਮੈਂ ਭਾਜੀ ਕਿੱਥੋਂ ਕਹਿੰਦਾ ਆਸਟ੍ਰੇਲੀਆ ਤੋਂ ਮੈਂ ਕਿਹਾ ਵੇਅਰ ਇਨ ਆਸਟ੍ਰੇਲੀਆ ਫਿਰ ਮੈਂ ਸ਼ੋਅ ਕੰਟੀਨਿਊ ਕੀਤਾ ਪਤਾ ਨਹੀਂ 15-20 ਮਿੰਟ ਬਾਅਦ ਸਰਚ ਕਰ ਮੈਲਬਰਨ ਮੈਂ ਕਿਹਾ ਮੈਲਬਰਨ 'ਚ ਕਿੱਥੇ ਮੈਂ ਕਿਹਾ ਹੁਣ ਰਾਮਲੀਲਾ ਗਰਾਊਂਡ ਨਾ ਕਹਿ ਦੀ ਉੱਥੇ ਕੰਮ ਕੀ ਸਿਲੰਡਰਾਂ 'ਚ ਗੈਸ ਭਰੀ ਦੀ ਹੈ ਕੁਛ ਹੋਣਾ ਜੀ ਪਿਛਲੇ ਸਾਲ ਤੁਸੀਂ 15 ਕਰੋੜ ਦੀ ਡੋਲੋ ਵੇਚ ਛੱਡੀ ਮੇਰੇ ਨਾ ਮੂੰਹ ਚੋਂ ਆਵਾਜ਼ ਨਾ ਨਿਕਲੇ ਸੱਚੀ ਪਹਿਲੀ ਬਾਈਕ ਮੇਰੀ ਲਾਈਫ ਦੀ ਕਹਿੰਦਾ ਦੇ ਦੇ ਯਾਰ ਵਿਚਾਰਾ ਡਿਸੇਬਲ ਬਾਈ ਮੈਂ ਥੈਂਕ ਯੂ ਅੰਕਲ ਜੀ Ladies and gentlemen, I need y'all to put your hands up. The first time you got to see Michael Jackson. I'm about to go in. Check, check.